अज कुछ मर्जी हो जाए बापू नूं आईलैट्स वास्ते मना ही लेना यार, बाहर तां जाना ही जाना, कुछ मर्जी हो जाए। ओ बैठा बापू लगदा गरीब किसान जिमीदार नहीं बापू यार, अज मेनू व्हाट्सएप ते फोटो पाई जांदा, ओ तां सौखा ही बहुत आ उत्थे। ਉਹਨਾਂ ਕੋਲੇ ਪੁੱਤ 70 ਕਿੱਲੇ ਪੈਲੀ ਦੇ ਆ, ਉਹਨਾਂ ਦਾ ਆਪਾਂ ਰੀਸਾ ਨਹੀਂ ਕਰ ਸਕਦੇ, ਆਪਾਂ ਛੋਟੇ ਕਿਸਾਨ ਆ, ਛੋਟੇ ਜ਼ਿਮੀਦਾਰ ਆ। ਉਹ ਨਹੀਂ ਬਾਪੂ ਤੂੰ ਮੇਰੀ ਗੱਲ ਨਹੀਂ ਸਮਝਿਆ ਗਾ। ਹਾਂ ਬਾਪੂ ਤੂੰ ਮੈਨੂੰ ਆਈਲੈਟਸ ਕਰਾ, ਮੈਂ ਵੀ ਬਾਹਰ ਜਾਣਾ, ਆਪਣੇ ਦਿਨ ਬਦਲ ਜਾਣਗੇ। ਪੁੱਤ ਉਹ ਤਾਂ ਤੇਰੀ ਗੱਲ ਠੀਕ ਆ, ਪਰ ਆਪਣੇ ਕੋਲੇ ਇੰਨੀ ਪੂੰਜੀ ਹੈ ਨਹੀਂ ਕਿ ਪੁੱਤ। ਬਾਪੂ ਜਿਵੇਂ ਮਰਜ਼ੀ ਕਰ, ਮੈਨੂੰ ਨਹੀਂ ਪਤਾ, ਮੈਨੂੰ ਆਈਲੈਟਸ ਕਰਾ, ਮੈਂ ਤਾਂ ਬਾਹਰ ਜਾਣਾ। ਕੋਈ ਨਹੀਂ ਪੁੱਤ, ਪਰ ਦੇਖਦੇ ਆੜਤੀਆਂ ਨਾ ਕਰਦੇ ਆ ਗੱਲ, ਜੇ ਪੈਸੇ ਧੇਲਾ ਮਿਲ ਗਿਆ ਤਾਂ ਕੁਛ। ਬਾਪੂ ਮੈਨੂੰ ਪਤਾ ਨਹੀਂ, ਜਿਵੇਂ ਮਰਜ਼ੀ ਕਰ, ਮੈਂ ਬਾਹਰ ਜਾਣਾ, ਉਹ ਜਮਾ ਸੌਖਾ ਦਾ ਨਜ਼ਾਰੇ ਲੈਂਦਾ ਉੱਥੇ। ਪੁੱਤ ਆਪਣੇ ਤਾਂ ਆਹ ਹੀ ਪੂੰਜੀ ਆ, ਦੇਖ ਲਾ ਆਪਣੇ ਆ ਜਿਹੜਾ ਝੋਨਾ ਹੈਗਾ, ਇਹੀ ਆਪਣੇ ਦਾ 6 ਮਹੀਨੇ ਬਾਅਦ ਫਸਲ ਆਉਂਦੀ ਆ, ਇਹਦੇ ਸਿਰ ਤੇ ਹੀ ਆਪਣਾ ਤੇ ਘਰ ਦਾ ਖਰਚਾ ਜਾਂਦਾ। ਬਾਪੂ ਜਿਵੇਂ ਮਰਜ਼ੀ ਕਰ, ਤੂੰ ਆਹੀ ਕਰਦਾ ਹੁੰਨਾ, ਤੂੰ ਮੈਨੂੰ ਬਾਹਰ ਭੇਜ ਜਿਵੇਂ ਮਰਜ਼ੀ ਕਰ, ਫਿਰ ਵੇਖੀ ਆਪਣੇ ਨਜ਼ਾਰੇ। ਚੱਲ ਕੋਈ ਨਹੀਂ ਪੁੱਤ, ਸੋਚਦੇ ਆ। ਬਾਪੂ ਸੁੱਤਾ ਪਿਆ, ਉੱਠ। ਹਾਂ ਗੋਪੀ ਆ ਗਿਆ। ਹਾਂ ਬਾਪੂ ਆ ਗਿਆ। ਟਰੈਕਟਰ ਕਿੱਥੇ? ਟਰੈਕਟਰ ਨਹੀਂ ਦੀਦਾ। ਓ ਬਾਪੂ ਉਹ ਨਹੀਂ, ਤੇਰਾ ਕਵਾੜ ਜਾ ਸਟਾਰਟ ਹੁੰਦਾ, ਮੈਥੋਂ ਨਹੀਂ ਉਹਦੇ ਨਾਲ ਮੱਥਾ ਮਾਰੀਦਾਗਾ। ਉਹ ਕਵਾੜ ਨਹੀਂ ਪੁੱਤ, ਉਹ ਤਾਂ ਆਪਣੇ ਜੱਦੀ ਪੁਸ਼ਤੀ ਨਿਸ਼ਾਨੀ ਆ। ਨਹੀਂ ਬਾਪੂ ਉਹ ਤੇਰਾ ਕਵਾੜ ਨਹੀਂ ਸਟਾਰਟ ਹੁੰਦਾ, ਉਹਨੂੰ ਵੇਚ ਕੇ ਹੋਰ ਲੈ ਜਾ। ਬਹਿ ਜਾ ਪੁੱਤ, ਬਹਿ ਜਾ ਬਹਿ ਜਾ। ਉਹ ਹੁਣ ਪੱਠੇ ਕਿਵੇਂ ਲੈ ਕੇ ਜਾਵਾਂਗੇ, ਟਰੈਕਟਰ ਨਹੀਂ ਲਿਆਂਦਾ ਤੁਸੀਂ। ਬਾਪੂ ਮੈਨੂੰ ਉਹ ਨਹੀਂ ਪਤਾ, ਤੂੰ ਜਿਹੜਾ ਤੈਨੂੰ ਕੱਲ ਗੱਲ ਕੀਤੀ ਸੀ ਬਾਪੂ, ਤੂੰ ਸੋਚਿਆ ਕੁਛ ਉਹਦੇ ਬਾਰੇ? ਕਿਹੜੀ ਗੱਲ ਪੁੱਤ, ਮੈਂ ਤਾਂ ਭੁੱਲ ਗਿਆ, ਕਿਹੜੀ ਗੱਲ ਦੀ ਗੱਲ ਕਰੀ? ਬਾਪੂ ਯਾਰ ਅੱਜ ਫੇਰ ਉਹਨੇ ਮੈਨੂੰ ਵੀਡੀਓ ਕਾਲ ਲਾ ਕੇ ਉਹ ਗੱਡੀਆਂ ਵਿਖਾਈਆਂ, ਉਹ ਗੱਡੀਆਂ ਤਾਂ ਇੱਧਰ ਵੀ ਹੈ ਨਹੀਂ, ਜਿਹੜੀਆਂ ਏਡੀਆਂ ਵੱਡੀਆਂ ਵੱਡੀਆਂ ਬਾਹਰ ਗੱਡੀਆਂ ਉਹ। ਤੂੰ ਇੱਕ ਵਾਰੀ ਬਾਪੂ ਮੈਨੂੰ ਭੇਜ, ਨਜ਼ਾਰੇ ਲਏਗਾ। ਪੁੱਤ ਤੈਨੂੰ ਦੱਸਿਆ ਵੀ ਆਪਣੇ ਕੋਲੇ ਆਪਾਂ ਛੋਟੇ ਗਰੀਬ ਜ਼ਿਮੀਦਾਰ, ਆਪਣੇ ਕੋਲੇ ਇੰਨੀ ਪੂੰਜੀ ਹੈ ਨਹੀਂ ਪੁੱਤ। ਉਹ ਬਾਪੂ ਇੱਥੇ ਕਈ ਮੱਥਾ ਮਾਰੀ ਜਾਂਦੇ ਨੂੰ, ਕੀ ਬਣਾਇਆ ਤੂੰ ਖੇਤੀ ਦੇ ਵਿੱਚ, ਦੱਸ ਮੈਨੂੰ। ਤੂੰ ਇੱਕ ਵਾਰੀ ਮੈਨੂੰ ਬਾਹਰ ਭੇਜ, ਵੇਖੀ ਤੂੰ ਨਜ਼ਾਰੇ ਲੈਂਦਾ, ਤੇਰਾ ਪੁੱਤ ਜਹਾਜ਼ਾਂ ਸੈਰ ਕਰਾਉਂਦਾ ਤੈਨੂੰ। ਉਹ ਤਾਂ ਆਪਣੇ ਕੋਲੇ ਪੈਸੇ ਹੈ ਨਹੀਂ ਇੰਨੇ, ਕਿਵੇਂ ਭੇਜਾਂ ਤੈਨੂੰ ਮੈਂ ਬਾਹਰ? ਉਹ ਬਾਪੂ ਯਾਰ ਤੂੰ ਆਹੀ ਕਰਦਾ, ਮੈਨੂੰ ਨਹੀਂ ਪਤਾ, ਤੂੰ ਜਿਵੇਂ ਮਰਜ਼ੀ ਭੇਜ, ਵੇਖੀ ਤੂੰ ਇੱਥੇ ਤੇਰੀ ਜੂਨ ਬਦਲਦੀ, ਤੈਨੂੰ ਵੀ ਜਹਾਜ਼ਾਂ ਦੀ ਸੈਰ ਕਰਾਉਂ ਬਾਪੂ ਤੈਨੂੰ। ਉਹ ਤਾਂ ਆਹੀ ਆਪਣੇ ਕੋਲੇ ਆਹੀ ਆਪਣੇ ਕੋਲੇ ਹੈਗੀ ਆ ਪੈਲੀ ਆ ਜਿਹੜੀ ਥੋੜੀ ਜਿਹੀ, ਤੇ ਇਹਦੇ ਸਿਰ ਤੇ ਆਪਾਂ ਜਿਹੜਾ ਜੂਨ ਗੁਜ਼ਾਰਾ ਕਰਦੇ ਆ, ਇਹਦੇ ਸਿਰ ਤੇ ਆਪਾਂ ਰੋਟੀ ਖਾਂਦੇ ਆ, ਹੋਰ ਆਪਣੇ ਸਾਧਨ ਨਹੀਂ। ਕੀ ਬਾਪੂ ਯਾਰ, ਇੱਕ ਕਿੱਲਾ ਵੇਚਦੇ 20 ਲੱਖ ਰੁਪਈਆ ਲੱਗਣਾ, ਸਾਰਾ ਭੇਜ ਦੇ ਤੂੰ ਮੈਨੂੰ ਬਾਹਰ, ਫੇਰ ਆਪਾਂ ਕਈ ਕਿੱਲੇ ਬਣਾ ਲਾਂਗੇ। ਪੁੱਤ 20 ਲੱਖ ਰੁਪਈਆ ਆਪਣੇ ਵਾਸਤੇ ਬਹੁਤ ਜ਼ਿਆਦੇ ਆ, ਔਖਾ ਬਹੁਤ ਹੋ ਜਾਊਗਾ, ਫੇਰ ਆਪਾਂ ਖਾਵਾਂਗੇ ਕੀ? ਭੁੱਖੇ ਮਰ ਜਾਾਂਗੇ ਆਪਾਂ ਤਾਂ। ਉਹ ਬਾਪੂ ਮੈਨੂੰ ਨਹੀਂ ਪਤਾ, ਤੂੰ ਜਿਵੇਂ ਮਰਜ਼ੀ ਭੇਜ ਮੈਨੂੰ, ਫੇਰ ਡਾਲਰ ਆਉਣਗੇ ਬਾਹਰੋਂ, ਆਪਾਂ ਕਿੰਨੀ ਪੈਲੀ ਲੈ ਲਾਂਗੇ। ਪੁੱਤ 20-22 ਲੱਖ ਰੁਪਈਆ ਆਪਣੇ ਵਾਸਤੇ ਬਹੁਤ ਜ਼ਿਆਦਾ ਕੀਮਤ ਆ। ਮੈਨੂੰ ਨਹੀਂ ਪਤਾ ਬਾਪੂ, ਜਿਵੇਂ ਮਰਜ਼ੀ ਕਰ, ਤੂੰ ਮੈਨੂੰ ਬਾਹਰ ਭੇਜ। ਚੱਲ ਕੋਈ ਨੀ ਪੁੱਤ, ਆੜਤੀਆਂ ਨਾਲ ਕਰਦਾ ਗੱਲ, ਸੋਚਾਂਗੇ, ਮੈਂ ਸੋਚੂਗਾ, ਤੇਰੀ ਮੰਮੀ ਨਾਲ ਕਰੂੰਗਾ ਗੱਲ, ਮੈਂ ਘਰੇ ਜਾ ਕੇ ਸੋਚੂਗਾ। ਬਾਪੂ ਛੇਤੀ ਕਰੀ ਫਿਰ ਮੈਨੂੰ ਭੇਜ, ਪਾਇਲਟਸ ਕਰੀ ਜਾਈਏ ਬਾਹਰ। ਕੋਈ ਨੀ ਪੁੱਤ, ਮੈਂ ਸੋਚਦਾ, ਕਰਦਾ ਮੈਂ ਗੱਲ। ਬਾਪੂ ਤਾਂ ਕੀ ਵੇਣਾ? ਓ ਬਾਪੂ ਤਾਂ ਕੀ ਵੇਣਾ? ਤਾਂ ਪੁੱਤ ਮੈਂ ਉਹ ਜਹਾਜ਼ ਜਾਂਦਾ ਰਹਿੰਦਾ ਸੀ ਸਮਾਨ ਦੇ ਵਿੱਚ, ਇਹ ਨਾ ਪੁੱਤ ਜਹਾਜ਼ ਨੀ, ਇਹਨੇ ਪੰਜਾਬ ਖਾਲੀ ਕਰਤੇ ਜਹਾਜ਼ ਨੇ। ਉਹ ਜਾ ਬਾਪੂ, ਐਡਾ ਪੰਜਾਬ ਕਿੱਥੇ ਖਾਲੀ ਹੋ ਗਿਆ ਦੱਸ? ਨਹੀਂ ਪੁੱਤ, ਇਹ ਜਹਾਜ਼ਾਂ ਨੇ ਪੰਜਾਬ ਸਾਰਾ ਬਾਹਰਲੇ ਫੋਰਨ ਕੰਟਰੀਆਂ ਚ ਢੋਲਿਆ। ਉਹ ਬਾਪੂ ਇੰਨਾ ਪੰਜਾਬ ਆ ਕਿੱਥੇ ਬਾਹਰ ਢੋਲਿਆ ਦੱਸ? ਨਹੀਂ ਪੁੱਤ, ਤੈਨੂੰ ਹਜੇ ਨਹੀਂ ਪਤਾ ਗਾ, ਜਿੰਨਾ ਪੰਜਾਬ ਸੀ ਸਾਰਾ ਆਈਲੈਟਸ ਕਰ ਕਰਕੇ ਮੁੰਡੇ ਕੁੜੀਆਂ ਸਾਰੇ ਬਾਹਰ ਚਲੇ ਗਏ, ਪੰਜਾਬ ਤਾਂ ਖਾਲੀ ਹੋ ਗਿਆ, ਜਿਹੜੇ ਰਹਿੰਦੇ ਖੁੰਦੇ ਪੰਜਾਬ ਚ ਰਹਿ ਗਏ ਸੀ ਉਹ ਨਸ਼ਿਆਣੇ ਖਾਲੇ। ਬਾਪੂ ਮੈਨੂੰ ਨੀ ਪਤਾ, ਤੂੰ ਹੋਰ ਹੀ ਗੱਲਾਂ ਸੋਚਣ ਲੱਗ ਗਿਆ, ਤੂੰ ਮੈਨੂੰ ਬਾਹਰ ਭੇਜ।
ਚੱਲ ਕੋਈ ਨੀ ਪੁੱਤ ਕਰ ਦੇ ਤੇਰੀ ਮੰਮੀ ਨਾਲ ਆ ਕੇ ਗੱਲ ਮੈਂ ਘਰੇ ਆ ਕੇ ਗੱਲ ਕਰਦਾ ਬਾਪੂ ਕਰ ਛੇਤੀ ਗੱਲ ਮੈਨੂੰ ਤੂੰ ਬਾਹਰ ਭੇਜ ਠੀਕ ਆ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਜੀ ਸਾਹਿਬ ਤੁਸੀਂ ਦੱਸੋ ਜੀ ਬਸ ਵਧੀਆ ਜੀ ਹਾਂਜੀ ਦੱਸੋ ਕਿਵੇਂ ਹੋ ਪੈਸੇ ਚਾਹੀਦੇ ਸੀ ਜੀ ਥੋੜੇ ਜਿਹੇ ਜੀ ਸ਼ੇਰ ਸਾਹਿਬ ਪੈਸੇ ਜੀ ਪੈਸੇ ਦਾ ਕੰਮ ਤਾਂ ਔਖਾ ਕਿਹੜੇ ਕੰਮ ਵਾਸਤੇ ਚਾਹੀਦੇ ਪੈਸੇ ਨਾ ਮੁੰਡਾ ਜ਼ਿਆਦ ਕਰੀ ਬੈਠਾ ਤੇ ਪੈਸੇ ਜ਼ਰੂਰੀ ਕੰਮ ਵਾਸਤੇ ਚਾਹੀਦੇ ਸੀ ਕਰ ਦਿੰਦੇ ਤਾਂ ਫਿਰ ਸਾਹਿਬ ਜੀ ਥੋੜਾ ਜੀ ਜ਼ਿਆਦ ਕਰੀ ਬੈਠਾ ਮੁੰਡਾ ਮੁੰਡਾ ਆਈ ਲੈ ਸੀ ਜਦ ਕਰੀ ਬੈਠਾ ਜੀ ਬਾਹਰ ਜਾਣ ਦੀ ਜਦ ਕਰੀ ਬੈਠਾ ਮੈਂ ਕਿਹਾ ਆਪਣੇ ਲਾਲਾ ਸਾਹਿਬ ਗਿਆ ਜਿਹੜਾ ਆਪਣਾ ਹੱਲ ਕਰ ਸਕਦੇ ਆ ਉਹ ਤਾਂ ਇੱਥੇ ਕੀ ਕੰਮ ਕਰਨਾ ਬਾਹਰ ਜਾ ਕੇ ਕਰਨਾ ਬਾਹਰ ਕਿਹੜਾ ਦਸਤਾਂ ਨੂੰ ਲੱਗੀ ਹੈ ਬਥੇਰਾ ਸਮਝਾਇਆ ਸੀ ਜੀ ਨਹੀਂ ਮੰਨਦਾ ਜੀ ਜਦ ਕਰੀ ਬੈਠਾ ਕਹਿੰਦਾ ਬਾਹਰ ਜਾਣ ਦੀ ਜਦ ਕਰੀ ਬੈਠਾ ਇਹ ਤਾਂ ਸੱਚਣਾ ਗੱਲ ਆ ਤੇਰੇ ਸਾਹਿਬ ਪਹਿਲੇ ਹੋ ਖੜੇ ਆ ਉਹਦਾ ਵਿਆਹ ਆ ਨਾ ਵਿਆਹ ਨੂੰ ਵਿਆਹ ਲੱਗੀ ਆ ਹੁਣ ਕਰ ਦਿੰਦੇ ਤਾਂ ਬਹੁ ਜੀ ਥੋੜੇ ਜੇ ਐ ਤਾਂ ਨਹੀਂ ਮਿਲਣੀ ਕੋਈ ਚੀਜ਼ ਦੇਣੀ ਪਊਗੀ ਫੇਰ ਬਣਨੀ ਗੱਲ समान चलो ठीक है जी बहुत धन्यवाद कोई गल करना किसी का प्रसार ठीक है जी धन्यवाद हां जी आप बहु जी ध्यान दे जी कागज क्या तुम ध्यान दे चेक कर लो मुंडा जी बड़ा जल पाया हुआ मजबूरी बन गई मेरा तो बस नहीं चलिया कुछ भी जो पूंजी थी थोड़े सामने ही आ जनाब कोई गल नहीं कर दे मतलब ਮੁੰਡੇ ਨੇ ਕੱਲ ਦੀ ਰੋਟੀ ਨੀ ਖਾਧੀ ਇਹ ਚੱਕਰ ਦੇ ਵਿੱਚ ਸੀ ਕਹਿੰਦਾ ਬਾਪੂ ਮੈਂ ਤਾਂ ਬਾਹਰ ਹੀ ਜਾਣਾ ਬਸ ਇੱਕੋ ਗੱਲ ਤੇ ਜਿਹੜਾ ਫੜੀ ਬੈਠਾ ਅੰਦਰ ਕੋਈ ਗੱਲ ਨੀ ਬਹਿ ਜਾ ਤੂੰ ਅੱਜ ਕੱਲ ਦੇ ਮੰਡੀਰ ਖਾਨੇ ਨੂੰ ਪਤਾ ਨੀ ਕੀ ਦਿੱਸਿਆ ਬਾਹਰ ਜਾਣ ਦਾ ਕਰੇਜ਼ ਹੀ ਆ ਬਸ ਜਿਹਦੇ ਆ ਕੇ ਬਾਹਰ ਜਾਣਾ ਬਸ ਕੋਈ ਗੱਲ ਨੀ ਫਿਰ ਬਾਹਰ ਜਾਊਗਾ ਤੇ ਪੈਸੇ ਵੀ ਕਮਾਊਗਾ ਨਾ ਸੇਠ ਸਾਹਿਬ ਤੁਹਾਨੂੰ ਪਤਾ ਸਾਡੇ ਜ਼ਿਮੀਦਾਰਾਂ ਕੋਲ ਛੋਟੇ ਜ਼ਿਮੀਦਾਰ ਆ ਇਹ ਪੂੰਜੀ ਹੁੰਦੀ ਆ ਤੇ ਖਾਣ ਨੂੰ ਵੀ 6 ਮਹੀਨੇ ਬਾਅਦ ਫਸਲ ਹੀ ਆ ਜਿਹੜੀ ਕੋਈ ਗੱਲ ਨੀ ਤੇਰੇ ਕਾਗਜ਼ਾਤ ਆ ਗਏ ਆ ਮੈਂ ਤੁਹਾਨੂੰ ਦੇ ਦਿੰਦੇ ਆ ਠੀਕ ਆ ਜੀ ਦਿੰਦੇ ਮਸਲਾ ਹੱਲ ਤੇਰਾ ਠੀਕ ਆ ਜੀ ਕਦੋਂ ਆ ਗਏ ਜੀ ਸੇਠ ਜੀ ਕੱਲ ਆ ਜੀ ਫਿਰ ਮੇਰੇ ਕੋਲ ਕੱਲ ਸਵੇਰ ਆ ਗਏ ਜੀ ਆ ਜੀ ਆ ਜੀ ਚਲੋ ਠੀਕ ਆ ਜੀ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਠੀਕ ਆ ਜੀ ਅਸਲਾਮ ਅਲੈਕੁਮ ਸਰਾ ਟੌਪ ਦਾ ਮਾਲ ਠੀਕ ਮਾਲਾ ਕੰਮ ਕਰ ਤੇ ਮੈਂ ਨਾ ਕਰੀ ਕੀ ਆਨੇ ਆ अपनी जी यार लाऊंगा थोड़ा ला लूंगा चल जे घरे पता लग गया फिर तू घर तू दसना बोलना तू घर तू दसना कि नहीं भाई मैं तो लाना भी नहीं आंदा यार भाई यार दस यार मनी दी घर वादू नाड़ा तेरे वादू ला मुठी पंप मार ला दो भाई यार घरे ना पता लग नहीं नहीं ला 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 थोड़ा जा ला दें थोड़ा जा ला दें वादू है
दुनिया ही अज घूमी दुनिया ही अज घूमी बंटी स्वर्ग आए पहुंच गया ताई गड़े डेग दे डेली इथे बैठा करांगे दस कोई गल नहीं भाई नजारा आ गया बंटी बहुत छेले लाउंदा मी आ गया मी आ गया भाई भज लो घर आली भज लो मी आ गया मी आ गया बैठी 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 डुब जागे पानी यार भाई तू सरा मेन चिट्टा लवा दा सरा काम करा दा रिपोर्टा नजारा बहुत आंदा यार फिर यार जिथे बाई आंदा बहुत वधिया थां हो गई लग जू पता यार कल आले ने नजारा लिया गड्डी च भी झूठे खांदी गए ऐ लादे जिवे गड्डी नी जहाज च बैठे आ कल तेरा डैडी बोलिया था नी कुछ डैडी आंदा ही गा आ की डैग डोले खाना मैं कह दा मैं पापा चक्कर जी आई मैं कह दा यार कुछ नी हुंदा दस तू माल घोल यार फटाफट यार खोलदा यार मैं कह दा मैं बापू चक्कर जी आई आंदे सी ओ आंदा चल कोई ना पापा लाओ भाई पहला तुसी लाओ थोड़ा लवाई यार कल कल बंद हो गया लाओ यार भाई पहले दबा दब लाओ यार फिर मुड़ के चलांगे करा करांगे यार लाओ तेरे भी ला दिए थोड़ा मैं जिंदी भी ला दिए ला यार भाई यार ताली नाड़ नी बींदी इधर लगूगा यार इधर इधर लगूगा इधर लगूगा इधर लगूगा मां मुठी मीच के पंप मार आई कर ला भाई यार माड़ा हिसाब दे नाल लाने खोल ला मुठी बस ठीक है ठीक है यार अज माड़ा या का तो लगी आंदा यार माड़ा यार अज माड़ा माड़ा थोड़ा कल कल गड्डी च भी झूल दे जांदे लादे कुड़ी गड्डी जहाज बैठी हुन्ने यार उड़दी सी ना कल गड्डी नजारा आंदा गा ओ
तेरा भी आ मेरा पता तो फिर लवाओ मेनू भी माड़ा ठोकला मर जाना ही यार वालिया वेख के कल टाइम पास किया थोनू आना तु टेंशन का तो लेने पैसा वादू अपने को भरावो घर होना बंटी आई रह जाना पता नहीं किधर मर मौके आना सही गल यार बी पैदा टेंशन ना लो खुला पैसा बाकी समान का हल लाया करो पैदा मैं आप ही घरों कड लिया करूंगा ठीक है इसे करके समान का हल भी कोई ना चक्कर ना लो बस समान नहीं था पैदा बस ट्रैक्टर चक के लेके आओ वो ढलो का ढलो का ठीक है जी बहुत खराब किया नहीं नहीं टैंकर बंदे लेके जा फिर गल लोड होनी है ट्रैक्टर चक के लेके आना हालात मेनु ट्रैक्टर चाहिए होगा फिर नहीं पैसे देने संद अपने को फिर आपे दूगा वो ठीक है हेलो साहब कर रही हूं जरूर कर दूंगा जी दो दिन रोक दो दिन रोक बाबू जी कह के जी दो दिन रोक दो ट्रैक्टर लाइट लगी ट्रैक्टर ना जाया मैं बापू तेरा नहीं जाना चाहता पोता हूं अपने पले कुछ नहीं रहा है बापू कोई नहीं हौसला रख बापू कोई नहीं मार लैन दे बापू कोई नहीं हौसला रख हौसला रब सब ठीक कर दा कोई नहीं सब ठीक हो जूगा आपे सब कुछ हो जूगा बापू कोई नहीं आप जान थोड़ी देनी है पैसे होर कमा लांगे पुत तेरा सुपना सी बाहर जान दा सुपना भी टूट गया ना अपनी पैली रही ना अपना सोने वर्गा ट्रैक्टर सी जद्दी पोस्टी ट्रैक्टर सांभ के रखा सी पुत्ता बापू सुपने तो आपा की लेना जे तू ही ना रहा ते सुपने मैं की करने बापू सारा ते जे तू ही उठ गया दुनिया तो फिर मेरे सुपने केदे काम बापू बापू कोई नी अजय कला ही ला लेना टोरना
ਉਹਨਾਂ ਦਾ ਕੀ ਪਤਾ ਭੈਣ ਚੋ ਕਦੋਂ ਆਉਣਗੇ ਸਾਲੇ। ਭੈਣ ਚ ਤਾਂ ਮਰ ਗਿਆ ਹੀ ਲੱਗਦਾ ਬਾਈ ਯਾਰ, ਇਹਦਾ ਚੱਜ ਕੱਢੀ ਜਾਂਦਾ ਭੱਜ ਜਾ ਯਾਰ। ਲਾਲਾ ਜੀ ਤੁਹਾਡਾ ਮੁੰਡਾ ਮੋਟਰਸਾਈਕਲ ਗਿਆ ਪਿਆ। ਉਹ ਕਿੱਥੇ ਨੇ? ਮੋਟਰ ਤੇ ਆਈ ਤੂੰ ਬਾਟੀ ਆ ਗਈ ਕੈਟ ਹੈ ਗਿਆ ਵੇ, ਉਹ ਆ ਗਈ ਕੈਟ ਹੈ ਦਾ ਰੱਬਾ ਧੋਖਾ ਖਾ ਗਿਆ ਮੇਰੇ ਨਾਲ ਤੂੰ। ਮੈਂ ਲੋਕਾਂ ਨੂੰ ਧੋਖਾ ਦਿੰਦਾ ਰਿਹਾ, ਤੇਰੀ ਕਾਤਰੀ ਜੋੜਿਆ ਸੀ ਨਾ ਕੁਛ, ਆ ਕੀ ਕਰਤਾ ਤੂੰ? ਪਰਮਾਤਮਾ ਕਿਸੇ ਨੂੰ ਇਹੋ ਜਿਹਾ ਦੁੱਖ ਨਾ ਲਾਈ। ਕੀ ਕਰ ਗਿਆ ਓਏ ਬਾਟੀ ਤੂੰ, ਕੀ ਕਰ ਗਿਆ? ਉਹ ਲੋਕੋ ਚਿੱਟੇ ਨੇ ਮੇਰਾ ਪੁੱਤ ਖਾ ਲਿਆ, ਤੁਸੀਂ ਆਪਦਾ ਪੁੱਤ ਬਚਾ ਲਓ, ਆਪਦੇ ਪੁੱਤ ਬਚਾ ਲਓ, ਇਹੋ ਜਿਹਾ ਨਾ ਕੰਮ ਕਰੋ, ਬਾਜੋ ਇਹਨਾਂ ਕੰਮਾਂ। ਸਾਡੀ ਇਹ ਨਿੱਕੀ ਜਿਹੀ ਸਟੋਰੀ ਦੋ ਸੁਨੇਹ ਦਿੰਦੀ ਹੈ। ਇੱਕ ਤਾਂ ਆਈਲੈਟਸ ਕਰਕੇ ਜਿਹੜੇ ਆਪਾਂ ਪੰਜਾਬ ਨੂੰ ਛੱਡ ਕੇ ਜਾ ਰਹੇ ਹਾਂ, ਆਪਣੀ ਹੋਣ ਦੀ ਲੜਾਈ ਹੈ ਇਹ, ਉਮੀਦ ਕਰਦੇ ਹਾਂ ਵੀ ਆਪਾਂ ਆਪਣੇ ਪੰਜਾਬ ਨੂੰ ਬਚਾਗੇ। ਤੇ ਦੂਜਾ ਮੈਸੇਜ ਸਾਡਾ ਚਿੱਟੇ ਦੇ ਖਿਲਾਫ ਹੈ, ਜਿਹੜੇ ਲੋਕ ਚਿੱਟੇ ਜਿਹੜੀ ਨੌਜਵਾਨੀ ਚਿੱਟੇ ਨਾਲ ਆਪਣਾ ਸਰੀਰ ਖਤਮ ਕਰ ਰਹੀ ਹੈ, ਉਹਨਾਂ ਨੂੰ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਆਪਣੀ ਇਹ ਆਦਤ ਨੂੰ ਛੱਡ ਕੇ ਵਧੀਆ ਆਦਤ ਅਪਣਾਓ, ਤਾਂ ਜੋ ਆਪਣੇ ਸਮਾਜ ਨੂੰ ਵਧੀਆ ਸੇਧ ਦੇ ਸਕੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਜਿਹੜੀ ਅੱਜ ਫਿਲਮ ਬਣਾਉਣ ਜਾ ਰਹੇ ਹਾਂ, ਇੱਕ ਸ਼ਾਰਟ ਮੂਵੀ ਬਣਾਉਣ ਜਾ ਰਹੇ ਹਾਂ ਜੀ, ਇਹਦੇ ਵਿੱਚ ਸਮਾਜ ਨੂੰ ਬਹੁਤ ਵੱਡੇ ਦੋ ਮੈਸੇਜ ਦੇਣ ਜਾ ਰਹੇ ਹਾਂ ਜੀ। ਛੋਟੀ ਜਿਹੀ ਕੋਸ਼ਿਸ਼ ਆ ਸਾਡੀ, ਕੋਸ਼ਿਸ਼ ਅਸੀਂ ਇਸ ਕਰਕੇ ਕੀਤੀ ਆ ਵੀ ਜਿਹੜੇ ਨੌਜਵਾਨ ਅੱਜ ਨਵੇਂ ਇਸ ਦਲਦਲ ਦੇ ਵਿੱਚ ਫਸੇ ਆ, ਤਾਂ ਉਹ ਉਹਨਾਂ ਨੂੰ ਕੋਈ ਸੇਧ ਮਿਲੇ, ਉਹਨਾਂ ਤਿੱਕਰੇ ਮੈਸੇਜ ਪਹੁੰਚੇ, ਉਹਨਾਂ ਦੇ ਜਿਹੜੇ ਬਰਬਾਦ ਹੁੰਦੇ ਘਰ ਆ ਉਹ ਬਚ ਸਕਣ। ਸੋ ਇਸ ਸਟੋਰੀ ਦੇ ਵਿੱਚ, ਇਸ ਮੂਵੀ ਦੇ ਵਿੱਚ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ। ਇੱਕ ਤਾਂ ਸਭ ਤੋਂ ਪਹਿਲਾਂ ਆਪਣੇ ਆਈਲੈਟਸ ਦੀ ਗੱਲ ਕਰਦੇ ਆ ਕਿ ਆਈਲੈਟਸ ਇੰਨੀ ਕੁ ਆਈਲੈਟਸ ਦੀ ਦੌੜ ਵੱਧ ਚੁੱਕੀ ਆ ਕਿ ਹਰ ਘਰ ਦੇ ਵਿੱਚੋਂ ਇੱਕ ਨੌਜਵਾਨ ਲੜਕੀ ਜਾਂ ਲੜਕਾ ਬਾਹਰ ਗਿਆ ਹੋਇਆ ਜਾਂ ਬਾਹਰ ਜਾਣ ਦੀ ਚਾਹਤ ਰੱਖਦਾ। ਸੋ ਸਾਰਾ ਜਿਹੜਾ ਪੰਜਾਬ ਆ ਆਪਣੇ ਨੌਜਵਾਨੀ ਆ ਜਿਹੜੀ ਉਹ ਪੰਜਾਬ ਆ ਜਿਹੜਾ ਉਹ ਖਾਲੀ ਹੁੰਦਾ ਜਾ ਰਿਹਾ ਜੀ। ਨੌਜਵਾਨੀ ਆਪਣੀ ਵਿਦੇਸ਼ਾਂ ਦੇ ਵਿੱਚ ਸੈਟਲ ਹੋਣ ਬਾਰੇ ਸੋਚ ਰਹੀ ਆ ਜਾਂ ਜਾ ਚੁੱਕੇ ਆ, ਤਾਂ ਉਹਦੇ ਬਾਰੇ ਇੱਕ ਛੋਟਾ ਜਿਹਾ ਮੈਸੇਜ ਆ ਜੀ। ਆਪਣਾ ਰੰਗਲਾ ਪੰਜਾਬ ਆ ਜਿਹੜਾ ਉਹ ਖਾਲੀ ਹੁੰਦਾ ਜਾ ਰਿਹਾ ਜੀ। ਕੁਛ ਇਹਦੇ ਤੇ ਸਿਸਟਮ ਵੀ ਜ਼ਿੰਮੇਵਾਰ ਹੈਗਾ ਕਿਉਂਕਿ ਰੁਜ਼ਗਾਰ ਦੇ ਮੌਕੇ ਬਹੁਤ ਘੱਟ ਆ, ਜਿਹੜਾ ਆਪਣਾ ਦੇਸ਼ ਆ ਜਿਹੜਾ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਣ ਲਈ ਮਜਬੂਰ ਹੋਣਾ ਪੈਂਦਾ। ਸੋ ਦੂਸਰਾ ਮੈਸੇਜ ਆ ਜੀ ਸਾਡਾ ਚਿੱਟੇ ਤੇ। ਚਿੱਟੇ ਦੀ ਨਾਮਰਾਦ ਬਿਮਾਰੀ ਨੇ ਸਾਰਾ ਪੰਜਾਬ ਹੀ ਖਾ ਲਿਆ, ਪੰਜਾਬ ਨੀ ਪੰਜਾਬ ਲੱਗਦੇ ਨਾਲ ਲੱਗਦੇ ਸਟੇਟਾਂ ਨੂੰ ਵੀ ਇਹ ਜਿਹੜਾ ਬੁਰਾ ਅਸਰ ਇਹਦੇ ਤੇ ਦੇਖਣ ਨੂੰ ਮਿਲਿਆ। ਸੋ ਚਿੱਟੇ ਦੇ ਵਿੱਚ ਜਿਹੜੀ ਨੌਜਵਾਨੀ ਅੱਜ ਕੱਲ ਦੀ, ਛੋਟੇ ਛੋਟੇ ਮੁੰਡੇ ਹੈਗੇ ਆ ਜਿਹੜੇ ਚਿੱਟੇ ਦੇ ਵੱਲ ਆ ਜਿਹੜਾ ਉਹਨਾਂ ਦਾ ਰੁਝਾਨ ਬਹੁਤ ਜ਼ਿਆਦਾ ਹੋਇਆ ਪਿਆ। ਸੋ ਆਪਣੀ ਜਿਹੜੀ ਨੌਜਵਾਨੀ ਆ ਉਹ ਪਹਿਲਾਂ ਆਪਣੇ ਨੌਜਵਾਨ ਹੁੰਦੇ ਸੀ, ਉਹ ਕੁਸ਼ਤੀਆਂ ਘੋਲ ਲੜਦੇ ਸੀ, ਗੇਮਾਂ ਲਾਉਂਦੇ ਸੀ, ਕਬੱਡੀ ਹੁੰਦੀ ਸੀ ਇੱਕ ਨੰਬਰ ਦੀ, ਪਰ ਅੱਜ ਕੱਲ ਦੇ ਜੇ ਆਪਾਂ ਦੇਖੀਏ ਤਾਂ ਕੁਛ ਪਰਸੈਂਟ ਆ ਜਿਹੜੇ ਉਹ ਨੌਜਵਾਨੀ ਆ ਜਿਹੜੀ ਇਸ ਚਿੱਟੇ ਦੇ ਵੱਲ ਜਿਹੜੀ ਉਹ ਧੱਕੀ ਜਾ ਰਹੀ ਆ। ਉਹ ਚਿੱਟੇ ਨੇ ਚਿੱਟੇ ਨੇ ਜਿਹੜਾ ਆਪਣਾ ਪੰਜਾਬ ਰੰਗਲਾ ਪੰਜਾਬ ਆ ਉਹਨੂੰ ਇੱਕ ਵਿਸ਼ੇਸ਼ ਜਗ੍ਹਾ ਦੇ ਰੱਖੀ ਆ। ਇਸ ਚਿੱਟੇ ਨੂੰ ਆਪਾਂ ਪੰਜਾਬ ਚੋਂ ਨਹੀਂ ਆਪਾਂ ਆਪਦੇ ਹਿੰਦੁਸਤਾਨ ਚੋਂ ਕੱਢਣਾ ਚਾਹੁੰਦੇ ਆ। ਕਿਵੇਂ ਨਿਕਲੂਗਾ ਇਹ ਤੁਹਾਡੀ ਨਿੱਕੀ ਨਿੱਕੀ ਕੋਸ਼ਿਸ਼ ਕਰਕੇ।